ਇਹ ਪੰਜਾਬ ਹੈ, ਸਿੱਖ ਨੇ, ਚੀਕਾਂ ਮਰਵਾ ਦਾਂਗੇ ਚੀਕਾਂ ਮੋਦੀ ਦੀਆਂ, ਡਟ ਕੇ ਕਹਿੰਦੇ ਹਾਂ, ਅਸੀਂ ਤਾਂ ਸ਼ਰੇਆਮ ਕਹਿੰਦੇ ਹਾਂ, ਅਸੀਂ ਤਾਂ ਅੰਮ੍ਰਿਤਪਾਲ ਦੇ ਹਮਾਇਤੀ ਹਾਂ, ਅਸੀਂ ਤਾਂ ਦੀਪ ਸਿੱਧੂ ਦੇ ਹਮਾਇਤੀ ਹਾਂ। ਮੰਦਰਾਂ ਨੂੰ ਅਸੀਂ ਕੁਛ ਨਹੀਂ ਕਹਿਣਾ, ਅਸੀਂ ਜਿਹੜੇ ਤੁਹਾਡੇ ਵਰਗੇ ਦੱਲੇ ਨੇ ਜਿਹੜੇ ਧਰਮ ਦੇ ਨਾਂ 'ਤੇ ਗੁੰਡਾਗਰਦੀ ਕਰਦੇ ਨੇ, ਧਰਮ ਦੇ ਨਾਂ 'ਤੇ ਸਾਡੇ ਵਿੱਚ ਪੁਆੜੇ ਪਾਉਂਦੇ ਨੇ, ਇਹ ਭੁੱਲ ਜਾਣ ਵੀ ਜਿਹੜਾ ਇਹ ਪੰਜਾਬ ਹੈ, ਇਹਨਾਂ ਦੇ ਬਾਪ ਦੀ ਜਗੀਰ ਹੈ, ਪੰਜਾਬ ਸਾਡਾ ਅੱਡ ਦੇਸ਼ ਸੀਗਾ, ਅਸੀਂ ਉਸ ਨੂੰ ਉਸੇ ਤਰੀਕੇ ਨਾਲ ਦੇਖਦੇ ਹਾਂ। ਜਿਹੜਾ ਸਾਡੇ ਧਾਰਮਿਕ ਅਸਥਾਨਾਂ 'ਤੇ ਹਮਲਾ ਕਰੂਗਾ, ਅਸੀਂ ਉਹਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ ਜੀ, ਮੂੰਹ ਤੋੜਵਾਂ। ਇਹਨਾਂ ਦੱਲਿਆਂ ਦਾ ਨਾਮੋ ਨਿਸ਼ਾਨ ਨਹੀਂ ਰਹਿਣਾ ਹੈਗਾ ਭਾਰਤ ਦੇ ਵਿੱਚ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ 'ਤੇ, ਮੈਂ ਰਜਿੰਦਰ ਭੱਟ। ਸ੍ਰੀ ਹਜ਼ੂਰ ਸਾਹਿਬ ਦੀ ਜਿਹੜੀ ਕਿ ਕਮੇਟੀ ਦੇ ਉੱਤੇ ਸਰਕਾਰ ਦੀ ਦਖਲਦਾਰੀ ਉੱਤੇ ਅਤੇ ਹੋਰ ਪੱਖ ਦੇ ਮੁੱਦਿਆਂ 'ਤੇ ਅਸੀਂ ਗੱਲਬਾਤ ਕਰਾਂਗੇ ਮਹਿਲਾ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਜੀਤ ਕੌਰ ਨਾਲ। ਸਤਿ ਸ਼੍ਰੀ ਅਕਾਲ ਪ੍ਰਧਾਨ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰਧਾਨ ਜੀ ਠੀਕ ਹੋ? ਵਧੀਆ ਜੀ, ਵਧੀਆ, ਤੁਸੀਂ ਸੁਣਾਓ? ਤੁਸੀਂ ਸੁਣਾਓ, ਕਿਵੇਂ ਦੇਖਦੇ ਹੋ ਜਿਹੜੀ ਕਿ ਕਮੇਟੀ ਦੇ ਉੱਤੇ ਕਬਜ਼ਾ ਕੀਤਾ ਹਜ਼ੂਰ ਸਾਹਿਬ ਦੇ ਉੱਤੇ, ਕਿਵੇਂ ਕਹਿੰਦੇ ਸਰਕਾਰ ਦੀ ਦਖਲਅੰਦਾਜ਼ੀ? ਤੁਸੀਂ ਦੇਖ ਰਹੇ ਹੋ ਪਿਛਲੇ ਕੁਛ ਸਮੇਂ ਤੋਂ ਮੋਦੀ ਮਤਲਬ ਬਣਦਾ ਆ ਰਿਹਾ ਆਪਣਾ ਪ੍ਰਧਾਨ ਮੰਤਰੀ, ਹੈ ਨਾ। ਜਦੋਂ ਮੋਦੀ ਪ੍ਰਧਾਨ ਮੰਤਰੀ ਬਣਦਾ ਤਾਂ ਇਹ ਆਪਾਂ ਨੂੰ ਸਿੱਧਾ ਪਤਾ ਵੀ ਇਹ RSS ਦਾ ਬੰਦਾ ਜਿਹੜਾ ਮੋਦੀ ਹੈ, RSS ਚਾਹੁੰਦੀ ਹੈ ਮਤਲਬ ਇਸ ਨੂੰ ਭਾਰਤ ਨੂੰ ਹਿੰਦੁਸਤਾਨ ਬਣਾਉਣਾ, ਵੀ ਹਿੰਦੂ ਰਾਸ਼ਟਰ ਬਣਾਉਣਾ। ਉਸ ਕਰਕੇ ਇਹ ਜਿਹੜੀਆਂ ਸਾਰੀਆਂ ਵਿਉਤਬੰਦੀਆਂ ਮਤਲਬ ਘੜੀਆਂ ਜਾ ਰਹੀਆਂ ਨੇ, ਉਸ ਕਰਕੇ ਘੜੀਆਂ ਜਾ ਰਹੀਆਂ ਨੇ, ਹੈ ਨਾ। ਰਾਮ ਮੰਦਰ ਬਣਾਉਣਾ, ਉਹਦਾ ਮਤਲਬ ਇੱਕ ਉਹ ਵੀ ਹਿੱਸਾ ਇਹਦੇ ਵਿੱਚ ਆਉਂਦਾ, ਮਸਜਿਦ ਨੂੰ ਢਾ ਕੇ ਰਾਮ ਮੰਦਰ ਬਣਾਇਆ ਗਿਆ। ਅਤੇ ਹੁਣ ਇਹਨਾਂ ਨੇ ਮਤਲਬ ਹਜ਼ੂਰ ਸਾਹਿਬ ਦੇ ਉੱਤੇ ਆਪਣੇ ਮਤਲਬ ਸਰਕਾਰ ਦੀ ਦਖਲਅੰਦਾਜ਼ੀ ਵਿੱਚ ਮਤਲਬ ਦੇਤੀ ਹੈ, ਉਹਦੇ ਕਮੇਟੀ ਦੇ ਵਿੱਚ ਬੰਦੇ ਕਾਬਜ਼ ਕਰਵਾਤੇ ਨੇ, ਹੈ ਨਾ। ਪਰ ਇਹ ਭੁੱਲ ਜਾਣ, ਭੁੱਲ, ਇਹ ਪੰਜਾਬ ਹੈ, ਇਹ ਸਿੱਖ ਨੇ, ਚੀਕਾਂ ਮਰਵਾ ਦਾਂਗੇ ਚੀਕਾਂ ਮੋਦੀ ਦੀਆਂ। ਇਹ ਮੋਦੀ ਇਹ ਗੱਲ ਭੁੱਲ ਜਾਵੇ ਵੀ ਮਸਜਿਦ ਢਾ ਲਈ ਤਾਂ ਮੈਂ ਗੁਰਦੁਆਰਿਆਂ ਨੂੰ ਵੀ ਢਾ ਲੂੰਗਾ, ਠੀਕ ਹੈ। ਜਿਹੜਾ ਕੁਛ ਸਾਨੂੰ ਸੁਣਨ ਨੂੰ ਮਿਲਦਾ, ਇੱਕ ਬਰਦਾਸ਼ਤ ਸ਼ਕਤੀ ਦੀ ਹੱਦ ਹੁੰਦੀ ਹੈ, ਹੱਦ, ਠੀਕ ਹੈ। ਅਸੀਂ ਉਹ ਜਿੱਦਣ ਉਹ ਹੱਦ ਟੱਪ ਗਏ, ਠੀਕ ਹੈ, ਮੰਦਰਾਂ ਨੂੰ ਅਸੀਂ ਕੁਛ ਨਹੀਂ ਕਹਿਣਾ, ਅਸੀਂ ਜਿਹੜੇ ਤੁਹਾਡੇ ਵਰਗੇ ਦੱਲੇ ਨੇ ਜਿਹੜੇ ਧਰਮ ਦੇ ਨਾਂ 'ਤੇ ਗੁੰਡਾਗਰਦੀ ਕਰਦੇ ਨੇ, ਧਰਮ ਦੇ ਨਾਂ 'ਤੇ ਸਾਡੇ ਵਿੱਚ ਪੁਆੜੇ ਪਾਉਂਦੇ ਨੇ, ਹੈ, ਇਹਨਾਂ ਨੂੰ ਚੱਕਾਂਗੇ, ਇਹਨਾਂ ਨੂੰ, ਠੀਕ ਹੈ। ਪਹਿਲਾਂ ਵੀ ਅਬਦਾਲੀ ਵਰਗੇ ਆਲੇ, ਬਾਬਾ ਦੀਪ ਸਿੰਘ ਵਰਗੇ ਜਿਉਂਦੇ ਸੀ, ਜਿਨ੍ਹਾਂ ਨੇ ਅਬਦਾਲੀ ਵਰਗੇ ਖਤਮ ਕੀਤੇ ਨੇ, ਠੀਕ ਹੈ। ਉਹ ਕਹਿੰਦੇ ਸੀ ਹਰਿਮੰਦਰ ਸਾਹਿਬ 'ਚ ਕੋਈ ਵੜ ਨਹੀਂ ਸਕਦਾ, ਲੀਕ ਖਿੱਚ ਕੇ ਬਾਬਾ ਦੀਪ ਸਿੰਘ ਗਏ ਸੀ, ਲੀਕ ਖਿੱਚ ਕੇ, ਉਹੀ ਲੀਕ ਸਾਡੇ ਸਿੱਖਾਂ ਨੂੰ ਯਾਦ ਹੈ, ਜਿੱਦਣ ਅਸੀਂ ਉਹ ਲੀਕ ਟੱਪ ਗਏ। ਤਾਂ ਇਹਨਾਂ ਦੱਲਿਆਂ ਦਾ ਨਾਮੋ ਨਿਸ਼ਾਨ ਨਹੀਂ ਰਹਿਣਾ ਹੈਗਾ ਭਾਰਤ ਦੇ ਵਿੱਚ, ਠੀਕ ਹੈ। ਇਹ ਭੁੱਲ ਜਾਣ ਵੀ ਜਿਹੜਾ ਇਹ ਪੰਜਾਬ ਹੈ, ਇਹਨਾਂ ਦੇ ਬਾਪ ਦੀ ਜਗੀਰ ਹੈ, ਪੰਜਾਬ ਸਾਡਾ ਅੱਡ ਦੇਸ਼ ਸੀਗਾ, ਅਸੀਂ ਉਸ ਨੂੰ ਉਸੇ ਤਰੀਕੇ ਨਾਲ ਦੇਖਦੇ ਹਾਂ। ਜਿਹੜਾ ਸਾਡੇ ਧਾਰਮਿਕ ਅਸਥਾਨਾਂ 'ਤੇ ਹਮਲਾ ਕਰੂਗਾ, ਅਸੀਂ ਉਹਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ ਜੀ, ਮੂੰਹ ਤੋੜਵਾਂ। ਕਿਉਂ ਪ੍ਰਧਾਨ ਜੀ, ਕਾਰਨ ਕੀ ਆ? ਸਿੱਖ ਕੌਮ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ, ਕਿਉਂ ਕਿਉਂ ਦਖਲਦਾਰੀਆਂ ਅਜਿਹੇ ਜਿਹੜੇ ਗੁਰੂ ਘਰਾਂ ਦੇ ਵਿੱਚ ਵੀ ਦਖਲਦਾਰੀਆਂ ਕਿਉਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ, ਕੀ ਕਾਰਨ? ਦੇਖੋ, ਜਿਹੜਾ ਸਿੱਖ ਪੰਥ ਸੀਗਾ, ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸੀਗਾ, ਉਹ ਕਹਿੰਦੇ ਸੀ ਨਾਮ ਜਪੋ, ਕਿਰਤ ਕਰੋ ਅਤੇ ਦਾਨ ਕਰੋ, ਹੈ ਨਾ। ਅਤੇ ਉਹ ਚੀਜ਼ ਦਾ ਇਹਨਾਂ ਨੇ ਸਾਡਾ ਨਜਾਇਜ਼ ਫਾਇਦਾ ਉਠਾਇਆ। ਅਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਨੂੰ ਭੇਜਦੇ ਨੇ ਵੀ ਪੰਡਿਤਾਂ ਦੀ ਤਿਲਕ ਜੰਜੂ ਦੀ ਰਾਖੀ ਲਈ, ਜਿਹੜੀ ਅੱਜ ਸਾਨੂੰ ਮਹਿੰਗੀ ਪੈ ਗਈ, ਠੀਕ ਹੈ। ਸਾਡੇ ਗੁਰੂਆਂ ਨੇ ਇਹਨਾਂ ਨੂੰ ਮਤਲਬ ਬਚਾਇਆ, ਅਤੇ ਅੱਜ ਉਹੀ ਸਾਡੇ 'ਤੇ ਹਾਵੀ ਹੋਏ ਵੇ ਨੇ। ਕਹਿੰਦੇ ਨੇ ਕੱਲ੍ਹ ਦੀ ਭੂਤਨੀ ਸਿਵਿਆਂ ਚੱਧ, ਇਹ ਉਦੋਂ ਹੀ ਚੰਗੇ ਸੀ ਜਦੋਂ ਇਹਨਾਂ ਨੂੰ ਜਿਹੜੇ ਆਹ ਕਦੇ ਅਫਗਾਨਿਸਤਾਨ ਚੜ੍ਹ ਕੇ ਆ ਜਾਂਦਾ ਸੀ, ਕਦੇ ਮੁਗਲ ਚੜ੍ਹ ਕੇ ਆ ਜਾਂਦੇ, ਕਦੇ ਤੁਰਕ ਚੜ੍ਹ ਕੇ ਆ ਜਾਂਦੇ ਸੀ, ਉਦੋਂ ਹੀ ਇਹ ਚੰਗੇ ਸੀ ਜਦੋਂ ਇਹਨਾਂ 'ਤੇ ਛਿੱਤਰ ਪੈਂਦੇ ਸੀ, ਛਿੱਤਰ ਇਹਨਾਂ ਦੇ ਹੁਣ ਵੀ ਪੈਣੇ ਨੇ, ਠੀਕ ਹੈ। ਪਰ ਮੈਂ ਪੰਜਾਬ ਦੇ ਵਾਸੀਆਂ ਨੂੰ, ਮੈਂ ਸਿੱਖਾਂ ਨੂੰ ਇਹ ਗੱਲ ਕਹਿੰਦੀ ਹਾਂ, ਫਿਰ ਦਰਿਆਦਲੀ ਨਾ ਦਿਖਾਇਓ, ਫਿਰ ਰਵੀ ਸਿੰਘ ਖਾਲਸੇ ਵਰਗੇ ਉੱਥੇ ਲੰਗਰ ਲੈ ਕੇ ਨਾ ਜਾਣ,
ਅਸੀਂ ਇਹਨਾਂ ਨੂੰ ਖੜਾਉਂਦੇ ਹਾਂ, ਇਹਨਾਂ ਨੂੰ ਇਹਨਾਂ 'ਚ ਜਾਨ ਪਾਉਂਦੇ ਹਾਂ ਅਤੇ ਇਹੀ ਸਾਡੇ 'ਤੇ ਚੜ ਚੜਾਉਂਦੇ ਨੇ, ਠੀਕ ਹੈ। ਚਾਹੇ ਵੋਟ ਰਾਹੀਂ, ਮਤਲਬ ਜੇ ਅਸੀਂ ਵੋਟ ਵੀ ਇਹਨਾਂ ਨੂੰ ਪਾਉਂਦੇ ਹਾਂ ਜਾਂ ਇਹਨਾਂ ਦੇ ਸੰਬੰਧਿਤ ਪਾਰਟੀ ਨੂੰ ਵੋਟ ਪਾਉਂਦੇ ਹਾਂ ਤਾਂ ਉਹ ਵੀ ਇਹਨਾਂ ਦਾ ਫਾਇਦਾ ਕਰਨਾ, ਕਿਉਂਕਿ ਹੁਣ ਤਕਨੀਕਾਂ ਬਦਲ ਗਈਆਂ ਨੇ, ਤਕਨੀਕਾਂ ਬਦਲ ਗਈਆਂ ਨੇ ਵੋਟ ਦੇ ਜ਼ਰੀਏ ਵੀ ਅਸੀਂ ਇਹਨਾਂ ਨੂੰ ਖਿਲਾ ਰਹੇ ਹਾਂ, ਇਹਨਾਂ ਨੂੰ ਤਾਕਤਵਰ ਕਰ ਰਹੇ ਹਾਂ, ਅਤੇ ਖਾਣ ਦੇ ਜ਼ਰੀਏ ਵੀ ਅਸੀਂ ਇਹਨਾਂ ਨੂੰ, ਕੋਈ ਇਹਨਾਂ ਦੀ ਵਿਪਤਾ ਪੈ ਜਾਂਦੀ ਆ, ਸਿੱਖ ਭੱਜ ਜਾਂਦੇ ਨੇ ਬਾਲਟੀਆਂ ਲੈ ਕੇ, ਕਿਉਂ ਵੀ ਤੁਹਾਨੂੰ ਕੀ ਲੋੜ ਆ, ਤੁਸੀਂ ਆਪਦੀ ਰਾਖੀ ਕਰੋ, ਤੁਸੀਂ ਆਪਦੇ ਸਿੱਖਾਂ ਨੂੰ ਪੜ੍ਹਾ ਲਓ, ਤੁਸੀਂ ਆਪਦੇ ਕਿੰਨੇ ਸਾਡੇ ਸਿੱਖ ਬੱਚੇ ਨੇ ਜਿਹੜੇ ਪੜ੍ਹਾਈਆਂ ਨਹੀਂ ਪੂਰੀਆਂ ਕਰ ਸਕੇ, ਪੜ੍ਹਾਈਆਂ ਨਹੀਂ ਕਰ ਸਕਦੇ, ਤੁਸੀਂ ਉਹਨਾਂ ਦੀ ਮਦਦ ਕਰ ਲਓ, ਤੁਹਾਨੂੰ ਕੀ ਲੋੜ ਪਈ ਆ। ਤੁਸੀਂ ਇਹ ਇੱਕ, ਤੁਸੀਂ ਇੱਕ ਹੋਰ ਦੇਖੋ ਜੀ, ਤੁਸੀਂ ਅੱਜ ਦੇਖਿਆ ਵੀ ਕਿਸਾਨ ਯੂਨੀਅਨ ਜਾ ਰਹੀਆਂ ਨੇ ਦਿੱਲੀ, ਠੀਕ ਹੈ। ਕਿਸਾਨ ਯੂਨੀਅਨ ਦੀ ਕਦੋਂ ਦੀ ਕਾਲ ਸੀਗੀ ਇਹ? 2-2.5 ਮਹੀਨੇ ਦੀ ਕਿਸਾਨ ਯੂਨੀਅਨ ਦੀ ਕਾਲ ਸੀਗੀ ਵੀ ਅਸੀਂ ਦਿੱਲੀ ਜਾਵਾਂਗੇ MSP ਲਈ। ਉਹ ਸਮੇਂ ਦੇ ਵਿੱਚ ਇਹਨਾਂ ਨੇ ਹਜ਼ੂਰ ਸਾਹਿਬ ਕਬਜ਼ਾ ਕਰਵਾਤਾ, ਠੀਕ ਹੈ। ਇਹ ਜਿਹੜੇ ਪੰਜਾਬ ਦੇ ਲੋਕ ਨੇ, ਜਿਹੜੇ ਸਿੱਖ ਨੇ ਸਾਡੇ, ਇਹਨਾਂ ਨੇ ਕਿਸਾਨ ਬਨਾਮ ਸਿੱਖ ਬਣਾਤੇ, ਠੀਕ ਹੈ। ਇਹਨਾਂ ਦੇ ਜਿਹੜੇ ਨੀਤੀਆਂ, ਮਤਲਬ ਉਧਰੋਂ ਧਿਆਨ ਭਟਕਾਉਣ ਲਈ ਤੁਸੀਂ, ਹਾਂ ਠੀਕ ਹੈ। ਉਹ ਮੈਂ ਤੁਹਾਨੂੰ ਇਹੀ ਗੱਲ ਮੈਂ ਤੁਹਾਨੂੰ ਇਹਦੇ ਨਾਲ ਜੋੜੀ ਹੈ ਵੀ ਧਿਆਨ ਭਟਕਾਉਣ ਲਈ ਇਹ, ਮਤਲਬ ਅਸੀਂ ਤਾਂ ਜਾ ਰਹੇ ਸੀਗੇ, ਇਹ ਤਾਂ ਪਹਿਲਾਂ ਦੀ ਉਹ ਕਾਲ ਸੀਗੀ ਵੀ ਹਾਂ ਉੱਥੇ ਜਾ ਰਹੇ ਸੀਗੇ ਕਿਸਾਨ। ਇਹਨਾਂ ਨੇ ਉਸੇ ਟਾਈਮ ਆਹ ਕੰਮ ਕੀਤਾ ਹਜ਼ੂਰ ਸਾਹਿਬ ਵਾਲਾ, ਹੈ ਨਾ। ਰਸਤੇ ਵੀ ਸਾਰੇ ਪੰਜਾਬ ਦੇ ਬੰਦ ਕਰਤੇ ਵੀ ਸਿੱਖ ਸੰਗਤ ਉੱਥੇ ਜਾ ਵੀ ਨਾ ਸਕੇ। ਬਾਬਾ ਬਲਵਿੰਦਰ ਸਿੰਘ ਜੀ ਉੱਥੇ ਧਰਨਾ ਲਾਈ ਬੈਠੇ ਨੇ, ਅਸੀਂ ਉਹਨਾਂ ਦਾ ਤਨੋ ਮਨੋ ਧਨੋ ਸਾਥ ਦੇਵਾਂਗੇ, ਠੀਕ ਹੈ। ਜਦੋਂ ਵੀ ਬਾਰਡਰ ਖੁੱਲ੍ਹਦੇ ਨੇ ਅਸੀਂ ਉਦੋਂ ਹੀ ਹਜ਼ੂਰ ਸਾਹਿਬ ਨੂੰ ਕੂਚ ਕਰਾਂਗੇ। ਸਾਰਾ ਹੀ, ਮੈਂ ਸਾਰੇ ਪੰਜਾਬ ਨੂੰ ਕਹਿਣਾ ਚਾਹੁੰਦੀ ਹਾਂ, ਸਾਰਾ ਹੀ ਪੰਜਾਬ ਉੱਥੇ ਹਜ਼ੂਰ ਸਾਹਿਬ ਜਾਵੇ ਤਾਂ ਜੋ ਅਸੀਂ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਆਪਣੇ ਗੁਰੂ ਧਾਮ ਮੁਕਤ ਕਰਵਾ ਸਕੀਏ, ਹੈ ਨਾ। ਪਰ ਇੱਥੇ ਤੁਸੀਂ ਦੇਖਦੇ ਹੋ ਜਿਹੜੇ ਇਹਨਾਂ ਦੀ ਭਾਈਵਾਲ ਪਾਰਟੀ ਸੀਗੀ, ਠੀਕ ਹੈ, ਉਹ ਵੀ ਸਾਡਾ ਨੁਕਸਾਨ ਕਰਨ ਦੇ ਤੁਲੀ ਹੋਈ ਆ। ਅਕਾਲੀ ਦਲ ਉਹ ਨਿਰੰਕਾਰੀਆਂ ਦੇ ਜਾਣ ਲੱਗ ਗਏ, ਜਿਹੜੇ ਪੰਥ ਦੇ ਵਿੱਚੋਂ ਛੇਕੇ ਹੋਏ ਨੇ ਅਸੀਂ ਨਿਰੰਕਾਰੀ, ਅਸੀਂ ਰੋਟੀ ਅਤੇ ਬੇਟੀ ਦੀ ਉਹਨਾਂ ਨਾਲ ਸਾਂਝ ਤੋੜੀ ਹੋਈ ਆ, ਅੱਜ ਸਾਡੇ ਅਕਾਲੀ ਲੀਡਰ ਉੱਥੇ ਜਾਣ ਲੱਗ ਗਏ, ਠੀਕ ਹੈ। ਇਹ ਸਾਰਾ ਕੁਛ ਇਹ ਇੱਕ ਸਾਜ਼ਿਸ਼ ਦੇ ਤਹਿਤ ਹੋ ਰਿਹਾ। ਲੀਡਰਾਂ ਨੂੰ ਕੁਰਸੀਆਂ ਪਿਆਰੀਆਂ ਨੇ, ਪੈਸਾ ਪਿਆਰਾ, ਅਤੇ ਇਹ ਧਰਮ ਦੇ ਉੱਤੇ ਰਲ ਮਿਲ ਕੇ ਹਮਲਾ ਕਰ ਰਹੇ ਨੇ। ਪਰ ਇਹ ਭੁੱਲ ਜਾਣ, ਜਦੋਂ ਜੰਗਲਾਂ ਦੇ ਵਿੱਚ 2-2 ਸਿੰਘ ਰਹਿ ਗਏ ਸੀਗੇ, ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੇ ਵੀ ਖਾਲਸਾ ਰਾਜ ਕਾਇਮ ਕਰਤਾ ਸੀਗਾ, ਅੱਜ ਤਾਂ ਫਿਰ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਬਹੁਤ ਬੈਠੇ ਨੇ। ਇਹ ਭੁੱਲ ਜਾਵੇ ਮੋਦੀ ਵੀ ਹਾਂ ਮੈਂ ਸਿੱਖ ਪੰਥ ਨੂੰ ਖਤਮ ਕਰ ਦੂੰਗਾ। ਪ੍ਰਧਾਨ ਜੀ, ਮੇਰਾ ਲਾਸਟ ਸਵਾਲ ਆ, ਤੁਸੀਂ ਕਿਸਾਨੀ, ਜਿਹੜੇ ਕਿਸਾਨ ਜਾ ਰਹੇ ਨੇ ਦਿੱਲੀ ਨੂੰ, ਉੱਥੇ ਹਰਿਆਣਾ ਸਰਕਾਰ ਨੇ ਐਸੇ ਪ੍ਰਬੰਧ ਕੀਤੇ ਨੇ, ਬੈਰੀਕੇਡ ਕੀਤੀ, ਕੰਡਿਆਂ ਵਾਲੀ ਤਾਰ ਲਾਈ, ਜਮਹੂਰੀਅਤ ਲਈ ਲੋਕਤੰਤਰ ਦੇ ਮੁਤਾਬਿਕ ਹੱਕ ਲੈਣ ਲਈ ਹਰੇਕ ਆਪਣੀ ਆਵਾਜ਼ ਉਠਾ ਸਕਦਾ, ਆਵਾਜ਼ ਨੂੰ ਦਬਾਇਆ ਜਾ ਰਿਹਾ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਜਿਹੜੀਆਂ ਯੂਨੀਅਨਾਂ ਜਾ ਰਹੀਆਂ ਨੇ, ਠੀਕ ਹੈ, ਮੈਂ ਨਹੀਂ ਕਹਿੰਦੀ ਹੈਗੀ, ਇਹ ਪੱਤਰਕਾਰਾਂ ਨੇ ਤੁਹਾਡਿਆਂ ਨੇ ਹੀ, ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਰਿਹਾ ਸਾਰੇ ਕਿਸਾਨੀ ਸੰਘਰਸ਼ ਦੇ ਵਿੱਚ, ਠੀਕ ਹੈ। ਕੁਛ ਲੀਡਰਾਂ ਦੀਆਂ ਵੀਡੀਓ ਆ ਗਈਆਂ ਸੀ ਉਦੋਂ ਵੀ ਤੋਮਰ ਦੀ ਘਰ ਵਾਲੀ ਉਹਨਾਂ ਨੂੰ ਪੈਗ ਪਾ ਕੇ ਦੇ ਰਹੀ ਆ, ਹੈ ਨਾ। ਜੇ ਉਦੋਂ ਹੀ ਅਸੀਂ ਟਿੱਕੇ ਬੈਠੇ ਰਹਿੰਦੇ, ਦੀਪ ਸਿੱਧੂ ਨੇ ਕਿਹਾ ਸੀਗਾ ਵੀ ਹੁਣੇ ਹਜੇ ਆਪਾਂ MSP ਇੱਥੋਂ ਲੈ ਕੇ ਉੱਠਾਂਗੇ, ਪਰ ਇਹਨਾਂ ਇਹ ਅੱਡੋ ਪਾਰਟੀ ਹੋ ਗਏ, ਆਪਸ ਵਿੱਚ ਅੱਡੋ ਪਾਰਟੀ ਹੋ ਗਏ। ਜਿਹੜੇ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਇਲੈਕਸ਼ਨ ਲੜਾਂਗੇ, ਅਸੀਂ ਆਪਦੇ ਬਣਾਵਾਂਗੇ MP ਬਣਾਵਾਂਗੇ, ਅਸੀਂ ਆਪਦੇ MLA ਬਣਾਵਾਂਗੇ, ਇੱਥੇ ਆ ਕੇ ਮੁੱਕਰ ਗਏ। ਇੱਥੇ ਆ ਕੇ ਕੁਛ ਲੋਕ ਵੱਡੀਆਂ ਪਾਰਟੀਆਂ ਨੇ ਖਰੀਦ ਲਏ, ਠੀਕ ਹੈ। ਮੈਂ ਨਾਮ ਨਹੀਂ ਕਿਸਦਾ ਲੈਂਦੀ, ਸਾਰਿਆਂ ਲੋਕਾਂ ਨੂੰ ਪਤਾ ਹੀ ਹੈ ਵੀ ਕਿਹੜਾ ਕਿਹੜਾ ਵਿਕਿਆ, ਕਿਹੜਾ ਖਰੀਦਿਆ ਗਿਆ, ਸਭ ਵੀਡੀਓ ਸਾਹਮਣੇ ਆ ਗਈਆਂ, ਸੋਸ਼ਲ ਮੀਡੀਆ 'ਤੇ ਪਈਆਂ ਨੇ। ਤੋਮਰ ਦੀ ਘਰ ਵਾਲੀ ਪੈਗ ਪਾ ਕੇ ਦਿੰਦੀ ਆ, ਉਹ ਵੀ ਸਾਹਮਣੇ ਆ ਗਈਆਂ ਨੇ। ਅੱਜ ਤੁਸੀਂ ਜਾ ਰਹੇ ਹੋ, ਤੁਸੀਂ ਕਿਸਾਨ ਹੋ, ਪ੍ਰਧਾਨ ਹੋ, ਇੱਕ ਵੱਡੇ ਦੋਸ਼ ਲਾ ਰਹੇ ਹੋ ਕਿ ਕਿਹਨੂੰ ਤੋਮਰ ਦੀ ਘਰ ਵਾਲੀ ਨੇ, ਕਿਸ ਨੂੰ
ਪੈਗ ਪਾ ਕੇ ਦਿੱਤਾ, ਕੌਣ ਸੀ ਕਿਸਾਨ ਨੇਤਾ? ਜਿਹੜਾ ਮੁੰਡਾ ਪੱਤਰਕਾਰ ਹੈ ਜੀ, ਸਿਮਰਜੋਤ ਹੈ ਸ਼ਾਇਦ, ਸਿਮਰਜੋਤ ਹੀ ਆ ਉਹ। ਉਹਨੇ ਸਿੱਧਾ ਮਤਲਬ ਬੁਰਜ ਗਿੱਲ ਵਾਲੇ ਨੂੰ ਸਵਾਲ ਕੀਤਾ, ਬਾਈ ਜੀ ਤੁਹਾਨੂੰ ਤੋਮਰ ਦੀ ਘਰ ਵਾਲੀ ਪੈਗ ਪਾ ਕੇ ਦੇ ਰਹੀ ਆ, ਤੁਸੀਂ ਜਦੋਂ ਉਹਦੇ ਨਾਲ ਪੈਗ ਪੀਂਦੇ ਸੀਗੇ ਉਦੋਂ ਤੁਸੀਂ MSP ਦੀ ਗੱਲ ਕਿਉਂ ਨਹੀਂ ਕੀਤੀ? ਬਿਲਕੁਲ ਠੀਕ ਆ ਮੁੰਡੇ ਦੀ ਗੱਲ, ਮੈਂ ਪੱਤਰਕਾਰ ਦਾ ਉਸਦਾ ਧੰਨਵਾਦ ਕਰਦੀ ਹਾਂ। ਮੈਂ ਇਸੇ ਕਰਕੇ ਮੈਂ ਪੱਤਰਕਾਰਾਂ ਦੀ, ਸੋਸ਼ਲ ਮੀਡੀਆ ਦੀ, ਸਾਰਿਆਂ ਦੀ ਇਸੇ ਕਰਕੇ ਇੱਜ਼ਤ ਕਰਦੀ ਹਾਂ ਮੈਂ, ਵੀ ਹਾਂ ਤੁਸੀਂ ਉਹ ਗੱਲਾਂ ਕੱਢ ਕੇ ਅੰਦਰੋਂ ਲੈ ਆਉਂਦੇ ਹੋ ਜਿਹੜੀ ਆਮ ਜਨਤਾ ਨੂੰ ਨਹੀਂ ਪਤਾ ਹੁੰਦੀ ਆ। ਇੱਕ ਪੱਤਰਕਾਰ ਦਾ ਧਰਮ ਵੀ ਆ, ਕਰਨਾ ਵੀ ਚਾਹੀਦਾ ਐਵੇਂ, ਠੀਕ ਹੈ। ਹੁਣ ਜਿਵੇਂ ਜਿਵੇਂ ਤੁਸੀਂ ਇਹਨਾਂ ਨੂੰ ਲੀਡਰਾਂ ਨੂੰ ਨੰਗੇ ਕਰਦੇ ਹੋ, ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਕਰਨਾ ਵੀ ਚਾਹੀਦਾ ਅੱਗੇ, ਕਿਉਂਕਿ ਤੁਸੀਂ ਲੋ ਜਿਹੜਾ ਪੰਜਾਬ ਜਿਹੜਾ ਇਹਦਾ ਮਤਲਬ ਥੰਮ ਹੁੰਦਾ ਨਾ, ਚੌਥਾ ਥੰਮ ਹੋ ਤੁਸੀਂ, ਠੀਕ ਹੈ। ਚੌਥਾ ਥੰਮ ਤੁਸੀਂ ਆਪਦਾ ਮਤਲਬ ਪੂਰਾ ਫਰਜ਼ ਨਿਭਾ ਰਹੇ ਹੋ, ਠੀਕ ਹੈ। ਕੁਛ ਬਕਾਊ ਹੈਗੇ ਨੇ, ਠੀਕ ਹੈ, ਜਿਵੇਂ ਨਰਪਿੰਦਰ ਬਰਾੜ ਦਾ ਸਾਹਮਣੇ ਆਇਆ ਸੀਗਾ, ਉਹ ਸਿੱਧਾ ਹੀ ਮਤਲਬ ਪੁੱਠਾ ਬੋਲਦਾ, ਠੀਕ ਹੈਗੇ ਨੇ ਕੁਛ, ਇਹ ਨਹੀਂ ਮੈਂ ਕਹਿੰਦੀ ਹੈਗੀ ਵੀ ਨਹੀਂ ਹੈਗੇ, ਪਰ ਜਿਨ੍ਹਾਂ ਨੇ ਉਹ ਸੱਚਾਈਆਂ ਸਾਹਮਣੇ ਲਿਆਉਂਦੀਆਂ ਨੇ, ਜਿਨ੍ਹਾਂ ਨੇ ਵੀਡੀਓ ਸਾਹਮਣੇ ਲਿਆਉਂਦੀਆਂ ਨੇ, ਅਸੀਂ ਧੰਨਵਾਦ ਕਰਦੇ ਹਾਂ। ਨੱਥ ਪੈਣੀ ਚਾਹੀਦੀ ਹੈ ਲੀਡਰਾਂ ਨੂੰ, ਚਾਹੇ ਕਿਸਾਨੀ ਲੀਡਰ ਹੈ, ਚਾਹੇ ਕੋਈ ਰਾਜਨੀਤਿਕ ਲੀਡਰ ਹੈ, ਕੋਈ ਵੀ ਲੀਡਰ ਹੈ, ਹਰੇਕ ਲੀਡਰ ਨੂੰ ਨੱਥ ਪੈਣੀ ਚਾਹੀਦੀ ਆ। ਜੇ ਨੱਥ ਪਊਗੀ ਤਾਂ ਲੀਡਰ ਡਰਦਾ ਤੁਹਾਡੇ ਨਾਲ ਸਿੱਧਾ ਅਤੇ ਸੱਚਾ ਕੰਮ ਕਰੂਗਾ, ਜੇ ਇਹਨਾਂ ਨੂੰ ਡਰ ਨਹੀਂ ਹੋਊਗਾ ਤਾਂ ਇਹ ਤਾਂ ਆਪ ਮਾਰੇ ਹੋ ਕੇ ਚੱਲ ਪੈਂਦੇ ਨੇ ਜੀ। ਤੁਹਾਡਾ ਵੀ ਰੋਲ ਰਹੂਗਾ, ਕਿਤੇ ਜਾਓਗੇ ਤੁਸੀਂ ਅੱਗੇ ਦਿੱਲੀ ਬਾਰਡਰ 'ਚ ਕਿਸਾਨ ਪਾਉਣਗੇ? ਦੇਖੋ ਜੀ, ਜਾਣਾ ਤਾਂ ਮੈਂ ਅੱਜ ਵੀ ਸੀ, ਮੈਂ ਇੱਕ ਦੇਖੋ ਸਾਡੇ ਬਖਰੇਵੇਂ ਆਪਸ ਵਿੱਚ ਹੋ ਸਕਦੇ ਨੇ, ਲੱਖ ਹੋ ਸਕਦੇ ਨੇ, ਪਰ ਜਿੱਥੇ ਪੰਜਾਬ ਦੀ ਕਿਸਾਨੀ ਦੀ ਅਤੇ ਧਰਮ ਦੀ ਗੱਲ ਆਊਗੀ ਉੱਥੇ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ, ਮੂਹਰੇ ਹੋ ਕੇ ਜਾਵਾਂਗੇ। ਜੇ ਅੱਜ ਦੀਪ ਸਿੱਧੂ ਹੁੰਦਾ, ਠੀਕ ਹੈ, ਸਾਨੂੰ 15 ਤਰੀਕ ਨੂੰ ਦੀਪ ਸਿੱਧੂ ਦੀ ਬਰਸੀ ਹੈ, ਅਸੀਂ ਉਹ ਮਨਾਉਣ ਦੇ ਕਰਕੇ ਅਸੀਂ ਆਪਦੇ ਕੁਛ ਹੋਰ ਕੰਮਾਂ ਦੇ ਵਿੱਚ ਵੀ ਲੱਗੇ ਹੋਏ ਹਾਂ, ਕਿਉਂਕਿ ਅਸੀਂ ਤਾਂ ਸਿੱਧਾ ਡਟ ਕੇ ਕਹਿੰਦੇ ਹਾਂ ਵੀ ਅਸੀਂ ਤਾਂ ਭਾਈ ਅੰਮ੍ਰਿਤਪਾਲ ਦੇ ਹਮਾਇਤੀ ਹਾਂ। 16 ਤਰੀਕ ਨੂੰ ਭਾਰਤ ਬੰਦ ਦਾ ਵੀ ਸੱਦਾ ਜਿਹੜਾ, ਹਾਂਜੀ ਹਾਂਜੀ, ਉਹਦੇ ਵਿੱਚ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਮੂਹਰੇ ਖੜ੍ਹੇ ਹੋਵਾਂਗੇ ਜੀ, ਭਾਰਤ ਬੰਦ ਦਾ ਜਿਹੜਾ ਸੱਦਾ ਹੈ GT ਰੋਡ 'ਤੇ ਖੜ੍ਹਨਾ, ਸਭ ਤੋਂ ਪਹਿਲਾਂ ਮੂਹਰੇ ਖੜ੍ਹੇ ਹੋਵਾਂਗੇ। ਜਿਹੜੀ ਮਤਲਬ ਦੇਖੋ ਅਸੀਂ ਤਾਂ, ਮੈਂ ਤਾਂ ਡਟ ਕੇ ਕਹਿੰਦੇ ਹਾਂ, ਅਸੀਂ ਤਾਂ ਸ਼ਰੇਆਮ ਕਹਿੰਦੇ ਹਾਂ, ਅਸੀਂ ਤਾਂ ਅੰਮ੍ਰਿਤਪਾਲ ਦੇ ਹਮਾਇਤੀ ਹਾਂ, ਅਸੀਂ ਤਾਂ ਦੀਪ ਸਿੱਧੂ ਦੇ ਹਮਾਇਤੀ ਹਾਂ, ਠੀਕ ਹੈ। ਜਿਵੇਂ ਮਤਲਬ ਸਾਡਾ, ਮੈਂ ਦੀਪ ਸਿੱਧੂ ਦੇ ਜਿਹੜੇ ਅਸੀਂ ਸਾਰੇ ਹਮਾਇਤੀ ਹਾਂ, ਮੈਂ ਉਹਨਾਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਦੇਖੋ ਗਿਲੇ ਸ਼ਿਕਵੇ ਆਪਣੇ ਮਤਲਬ ਹੁੰਦੇ ਨੇ, ਬਹੁਤ ਹੁੰਦੇ ਨੇ, ਮਿਸਲਾਂ ਪਹਿਲਾਂ ਵੀ ਸੀਗੀਆਂ, ਪਰ ਜਦੋਂ ਕੋਈ ਸਾਡੇ 'ਤੇ ਹਮਲਾ ਕਰਦਾ ਤਾਂ ਸਾਨੂੰ ਇੱਕ ਪਰਿਵਾਰ ਵਾਂਗੂ ਇੱਕਜੁੱਟ ਹੋ ਕੇ ਉਹ 'ਤੇ ਹਮਲਾ ਕਰਨਾ ਚਾਹੀਦਾ। ਮੈਂ ਕਹਿਣਾ ਚਾਹੁੰਦੀ ਹਾਂ ਵੀ ਚਾਹੇ ਸਾਡੇ ਲੀਡਰ ਲੱਖ ਗਲਤੀਆਂ ਕਰਦੇ ਨੇ, ਠੀਕ ਹੈ, ਉਹਨਾਂ ਨੂੰ ਆਪਾਂ ਘੂਰੋ ਵੀ, ਉਹਨਾਂ ਤੋਂ ਕੰਮ ਵੀ ਲਵੋ ਅਤੇ ਉਹਨਾਂ ਦੇ ਨਾਲ ਵੀ ਤੁਰੋ, ਠੀਕ ਹੈ, ਅਤੇ ਉੱਥੇ ਸਾਥ ਦਿਓ, ਚਾਹੇ ਦਿੱਲੀ ਜਾਣ ਦਾ ਸੱਦਾ, ਚਾਹੇ ਚੰਡੀਗੜ੍ਹ ਜਾਣ ਦਾ ਸੱਦਾ, ਚਾਹੇ 16 ਤਰੀਕ ਨੂੰ ਭਾਰਤ ਬੰਦ ਦਾ ਸੱਦਾ, ਕਿਸਾਨੀ ਕੋਈ ਸੱਦਾ ਦਿੰਦੀ ਹੈ ਜਾਂ ਕੋਈ ਪੰਥਕ ਸੱਦਾ ਦਿੰਦਾ, ਤਾਂ ਇਹ ਸਮੂਹ ਪੰਜਾਬ ਵਾਸੀਆਂ ਨੂੰ ਇੱਕ ਹੋ ਜਾਣਾ ਚਾਹੀਦਾ। ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ, MSP ਦੀ ਲੜਾਈ ਹੈ, MSP ਦੀ ਲੜਾਈ ਹੈ ਜਿਹੜੀ, ਇਹ ਇਕੱਲੀ ਕਿਸਾਨਾਂ ਵਾਸਤੇ ਨਹੀਂ ਹੈਗੀ, ਠੀਕ ਹੈ। ਜੇ ਇੱਕ ਸਾਡਾ ਪਿਆਜ਼ 2 ਰੁਪਈਆ ਕਿਲੋ ਵਿਕਦਾ ਤਾਂ ਬਾਜ਼ਾਰ 'ਚ ਜਾ ਕੇ 20 ਰੁਪਈਆ ਕਿਲੋ ਵਿਕਦਾ। ਜੇ MSP ਲਾਗੂ ਹੋਊਗੀ ਤਾਂ ਉਹਦਾ ਰੇਟ ਤੈਅ ਕੀਤਾ ਜਾਊਗਾ, ਦੁਕਾਨਦਾਰ ਵੀ ਉਸ ਰੇਟ ਤੋਂ ਵੱਧ ਨਹੀਂ ਵੇਚ ਸਕਦਾ। ਇਸ ਕਰਕੇ ਇਸ ਚੀਜ਼ ਦਾ MSP ਦਾ ਖਪਤਕਾਰ ਨੂੰ ਜ਼ਿਆਦਾ ਫਾਇਦਾ ਹੋਣਾ, ਕਿਸਾਨ ਨਾਲੋਂ ਖਪਤਕਾਰ ਨੂੰ ਜ਼ਿਆਦਾ ਫਾਇਦਾ ਹੋਣਾ, ਕਿਸਾਨਾਂ ਦਾ ਉਨਾ ਫਾਇਦਾ ਨਹੀਂ ਹੈਗਾ। ਅਸੀਂ ਲੜਾਈ, ਮੈਂ ਪਹਿਲਾਂ ਵੀ ਕਹਿੰਦੀ ਹੁੰਦੀ ਸੀ ਜਦੋਂ ਮਤਲਬ ਕਾਲੇ ਕਾਨੂੰਨਾਂ ਦੀ ਲੜਾਈ ਲੜੀ ਹੈ, ਉਦੋਂ ਵੀ ਮੈਂ ਕਹਿੰਦੀ ਸੀ ਇਨਸਾਨੀਅਤ ਦੀ ਲੜਾਈ ਹੈ, ਹੁਣ ਵੀ ਮੈਂ ਕਹਿੰਦੀ ਹਾਂ ਇਨਸਾਨੀਅਤ ਦੀ ਲੜਾਈ ਆ। ਅਸੀਂ ਇਨਸਾਨਾਂ, ਅਸੀਂ ਲੋਕਾਂ ਲਈ ਲੜ ਰਹੇ ਹਾਂ, ਲੋਕਾਂ ਲਈ ਲੜ ਰਹੇ ਹਾਂ, ਅਸੀਂ ਆਪਣੇ ਲਈ ਨਹੀਂ ਲੜ ਰਹੇ ਹੈਗੇ। ਕੁਛ ਸਾਡੇ ਵਿੱਚ ਇਹੋ ਜਿਹੇ ਵੀਰ ਨੇ ਜਿਨ੍ਹਾਂ ਕੋਲ ਜ਼ਮੀਨਾਂ ਵੀ ਹੈਗੀਆਂ, ਫਿਰ ਵੀ ਅਸੀਂ ਲੜਦੇ ਹਾਂ, ਹੈ ਨਾ। ਪਰ ਮੈਨੂੰ ਡੱਲਿਆਂ ਨਾਲ ਸਿਰਫ ਇੰਨਾ ਗੁੱਸਾ ਏ ਵੀ ਜਿਹੜਾ ਉਹਨੇ ਕਿਹਾ, ਬੀਬੀ ਤੂੰ ਮੇਰੀ ਸਟੇਜ 'ਤੇ ਖਸਖਸ ਦੀ ਖੇਤੀ ਦੀ ਗੱਲ ਨਹੀਂ ਕਰ ਸਕਦੀ, ਠੀਕ ਹੈ। ਪਰ ਮੈਂ ਚਾਹੁੰਦੀ ਹਾਂ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਜੋ ਚਿੱਟਾ ਬੰਦ ਹੋ ਸਕੇ, ਠੀਕ ਹੈ।
ਠੀਕ ਹੈ ਬਖਰੇਵੇਂ ਹੈਗੇ ਨੇ, ਪਰ ਜਿੱਥੇ ਮਤਲਬ ਲੀਡਰ ਸਾਡੇ ਜੇ ਕੋਈ ਵਿਵਤਾ ਬਣਦੀ ਆ ਤਾਂ ਅਸੀਂ ਉਹਨਾਂ 'ਤੇ ਸਭ ਤੋਂ ਮੂਹਰੇ, ਗੁਰਜੀਤ ਕੌਰ ਖੜੀ ਹੋਊਗੀ ਤਾਂ ਮੂਹਰੇ ਜਾਊਗੀ, ਉਹਨਾਂ ਦੇ ਨਾਲ ਜਾਊਗੀ। ਇਹ ਸਨ ਮਹਿਲਾ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਜੀਤ ਕੌਰ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਹਜ਼ੂਰ ਸਾਹਿਬ ਦੀ ਜਿਹੜੀ ਕਿ ਗੁਰਦੁਆਰਾ ਦੀ ਕਮੇਟੀ ਸੀ ਉਹਦੇ ਉੱਤੇ ਸਰਕਾਰ ਦੀ ਦਖਲਦਾਰੀ ਕਰਨਾ ਨਿੰਦਣਯੋਗ ਹੈ, ਅਤੇ ਦੂਜੇ ਪਾਸੇ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਕਿ ਕੇਂਦਰ ਸਰਕਾਰ ਨਾਲ ਲੜਾਈ ਲੜਨ ਲਈ ਸਾਨੂੰ ਇੱਕਜੁੱਟ ਹੋ ਕੇ ਇਹ ਜਿਹੜੀ ਕਿ ਕਿਸਾਨਾਂ ਦੇ ਹੱਕਾਂ ਦੀ ਗੱਲ ਆ, MSP ਦੀ ਗੱਲ ਆ, ਜੋ ਹੋਰ ਜਿਹੜੇ ਬਿੱਲ ਨੇ ਕਾਲੇ ਉਹਨਾਂ ਨੂੰ ਰੱਦ ਕਰਾਉਣ ਲਈ ਸਾਨੂੰ ਇੱਕਜੁੱਟ ਹੋ ਕੇ ਕਿਸਾਨਾਂ ਦੇ ਨਾਲ ਖੜਨਾ ਪਵੇਗਾ। ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਪਟੌੜੀ ਦੇ ਨਾਲ ਰਜਿੰਦਰ ਸਿੰਘ ਭੱਟ ਦੀ ਵਿਸ਼ੇਸ਼ ਰਿਪੋਰਟ।